ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਮਿਸਟਰ ਐਂਡ ਮਿਸਿਸ ਸਿਵੀਆ ਵੱਲੋਂ ਤੇ ਥੈਂਕ ਯੂ ਸੋ ਮੱਚ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਜਾਣੇ ਬਹੁਤ ਸਪੋਰਟ ਕਰ ਰਹੇ ਹੋ ਤੇ ਸਾਰੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸ਼ੇਅਰ ਕੀਤਾ ਹਾਂ ਘੱਟ ਸ਼ੇਅਰ ਕੀਤਾ ਕਿਉਂਕਿ ਸ਼ਾਇਦ ਹੋ ਸਕਦਾ ਕੋਈ ਕਮੀ ਪੇਸ਼ੀ ਹੋਣੀ ਆ ਕਿਉਂਕਿ ਸਾਰਿਆਂ ਨੇ ਬਹੁਤ ਵਧੀਆ ਵਲੌਗਸ ਬਣਾਉਂਦੇ ਆ ਨਾ ਹਲੇ ਆਪਾਂ ਨੂੰ ਇੰਨਾ ਪਤਾ ਨਹੀਂ ਪਰ ਹੌਲੀ ਹੌਲੀ ਇੰਪਰੂਵਮੈਂਟ ਹੋਊਗੀ ਠੀਕ ਹੈ ਕਿਉਂਕਿ ਜਿਵੇਂ ਜਿਵੇਂ ਬਣਾਈ ਚੱਲਾਂਗੇ ਉਵੇਂ ਉਵੇਂ ਸਾਰਾ ਕੁਝ ਵਧੀਆ ਹੋਊਗਾ ਤੇ ਪਰ ਫਿਰ ਵੀ ਸਪੋਰਟ ਕਰਿਆ ਕਰੋ ਹਨਾ ਤੇ ਬੋਲੋ ਤੁਸੀਂ ਹੁਣ ਮੈਂ ਤਾਂ ਇਹ ਬੋਲੂੰ ਧੰਨਵਾਦ ਤੁਸੀਂ ਅਜੇ ਤੱਕ ਜਿੰਨੀ ਵੀ ਸਪੋਰਟ ਕਰੀ ਹੈ ਨਾ ਤੁਹਾਡਾ ਅੱਜ ਮੈਂ ਕੈਮਰੇ ਦੇ ਪਿੱਛੇ ਬੋਲੂੰਗਾ ਅਤੇ ਬਹੁਤ ਧੰਨਵਾਦ ਤੁਸੀਂ ਵਧੀਆ ਜਿਹੜੇ ਬਲੌਗ ਸ਼ੇਅਰ ਵੀ ਕਰੇ ਨੇ ਕੁਛ ਨਹੀਂ ਵੀ ਕਰੇ ਚਲੋ ਕੋਈ ਗੱਲ ਨਹੀਂ ਬਟ ਵਧੀਆ ਬਸ ਓਵਰਆਲ ਵਧੀਆ ਬਸ ਠੀਕ ਹੈ ਵਧੀਆ ਲੱਗ ਰਿਹਾ ਕੋਈ ਗੱਲ ਨਹੀਂ ਹੌਲੀ ਹੌਲੀ ਬੰਦਾ ਹੌਲੀ ਹੌਲੀ ਅੱਗੇ ਜਾਂਦਾ ਹੁੰਦਾ ਹਾਂ ਤੇ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਵੀ ਦੇਖੋ ਇੱਕ ਮੈਰਿਡ ਲੁੱਕ ਹੁੰਦੀ ਆ ਹਨਾ ਆਪਾਂ ਵਿਆਹ 'ਚ ਤਿਆਰ ਹੋ ਕੇ ਜਾਂਦੇ ਹਾਂ ਪਾਰਟੀਆਂ 'ਚ ਤਿਆਰ ਹੋ ਕੇ ਜਾਂਦੇ ਹਾਂ ਜਾਂ ਸਪੈਸ਼ਲ ਤਿਆਰ ਹੁੰਦੇ ਹਾਂ ਪਰ ਅੱਜ ਆਪਾਂ ਉਹ ਲੁੱਕ ਮਤਲਬ ਕਿ ਡੇਲੀ ਰੂਟੀਨ ਦੇ ਵਿੱਚ ਆਪਾਂ ਕਿਵੇਂ ਮੈਂ ਕਿਵੇਂ ਸਪੈਸ਼ਲੀ ਮੈਂ ਆਪਦਾ ਦੱਸੂੰਗੀ ਵੀ ਮੈਂ ਕਿਵੇਂ ਤਿਆਰ ਹੋ ਕੇ ਜਾਂਦੀ ਹਾਂ ਡੇਲੀ ਅਤੇ ਡੇਲੀ ਮੈਂ ਕਿੰਨਾ ਕੁ ਮੇਕਅਪ ਕਰਦੀ ਹਾਂ ਕੀ ਕੁਛ ਹਨਾ ਪਰ ਮੈਂ ਬਹੁਤ ਥੋੜ੍ਹਾ ਕਰਦੀ ਹਾਂ ਜਿੱਦਣ ਮਨ ਜਾ ਕਰੇ ਉੱਦਣ ਮਤਲਬ ਜਿੱਦਣ ਆਪਾਂ ਨੂੰ ਲੱਗੇ ਵੀ ਚੱਲ ਆਪਾਂ ਥੋੜ੍ਹਾ ਜਿਹਾ ਸਪੈਸ਼ਲ ਕਰ ਲੈਂਦੇ ਹਾਂ ਹਨਾ ਉਹ ਚੀਜ਼ ਬਾਰੇ ਦੱਸਣਾ ਚਾਹੂੰਗੀ ਅਤੇ ਹਾਂ ਤੁਹਾਨੂੰ ਮੈਂ ਦੱਸਦੀ ਹਾਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਕੀ ਚੀਜ਼ ਦੀ ਜ਼ਰੂਰਤ ਹਾਂਜੀ ਪਹਿਲਾਂ ਤਾਂ ਆਪਾਂ ਨੂੰ ਸਨਸਕ੍ਰੀਨ ਚਾਹੀਦੀ ਆ ਠੀਕ ਆ ਤੇ ਇਹ ਮੈਂ ਯੂਜ਼ ਕਰਦੀ ਹਾਂ ਸੀਬਾਮਿਡ ਦੀ ਬੈਸਟ ਹੈ ਹਾਂ ਇਹ ਬੈਸਟ ਆ ਬਸ ਬੈਸਟ ਆ ਤੇ ਤੁਸੀਂ ਜੋ ਵੀ ਯੂਜ਼ ਕਰਦੇ ਹੋ ਨਾ ਆਪਣੀ ਸਕਿਨ ਦੇ ਅਕੋਰਡਿੰਗ ਉਹ ਦੇਖ ਲਿਓ ਤੇ ਇਸ ਤੋਂ ਬਾਅਦ ਇੱਕ ਬ੍ਰਸ਼ ਚਾਹੀਦਾ ਆਪਾਂ ਨੂੰ ਠੀਕ ਹੈ ਤੇ ਇੱਕ ਲਿਪ ਬਾਮ ਚਾਹੀਦੀ ਆ ਮਸਕਾਰਾ ਚਾਹੀਦਾ ਹੈ ਇੱਕ ਵੈਸੇ ਲਿਪ ਬਾਮ ਜਿਹੜੀ ਕਲਰ ਹੁੰਦੀ ਆ ਉਹ ਚਾਹੀਦੀ ਹੈ ਨਿਵਿਆ ਦੀ ਯੂਜ਼ ਕਰਦੀ ਹਾਂ ਮੈਂ ਅਤੇ ਜਿਹੜੀ ਮੇਕਅਪ ਤੋਂ ਪਹਿਲਾਂ ਆਪਾਂ ਲਿਪ ਬਾਮ ਯੂਜ਼ ਕਰਦੇ ਹਾਂ ਉਹ ਮੈਂ ਹਿਮਾਲਿਆ ਦੀ ਯੂਜ਼ ਕਰਦੀ ਹਾਂ ਠੀਕ ਆ ਅਤੇ ਇੱਕ ਚਾਹੀਦਾ ਆਪਾਂ ਨੂੰ ਮਸਕਾਰਾ ਅਤੇ ਜਿਹੜਾ ਮਸਕਾਰਾ ਬਾਈ ਉਹ ਮੈਂ ਫੈਸ਼ਨ ਕਲਰ ਦਾ ਯੂਜ਼ ਕਰਦੀ ਹਾਂ ਅਤੇ ਇੱਕ ਚਾਹੀਦਾ ਬਿਊਟੀ ਬਲੈਂਡਰ ਆਪਾਂ ਨੂੰ ਠੀਕ ਹੈ ਬਿਊਟੀ ਬਲੈਂਡਰ ਕੋਈ ਵੀ ਲੈ ਲਿਓ ਮੈਨੂੰ ਇਹ 'ਚ ਕੋਈ ਇਸ਼ੂ ਨਹੀਂ ਲੱਗਦਾ ਹੁੰਦਾ ਅਤੇ ਇੱਕ ਚਾਹੀਦਾ ਆਪਾਂ ਨੂੰ ਇੱਕ ਤਾਂ ਨਾ ਮੈਂ ਭੁੱਲ ਜਾਂਦੀ ਹਾਂ ਵੀ ਕਿਹੜੀ ਚੀਜ਼ ਨੂੰ ਕੀ ਕਹਿੰਦੇ ਹੁੰਦੇ ਆ ਆ ਕੀ ਆ ਉਹ ਕਹਿੰਦੇ ਹੁੰਦੇ ਇਹਨੂੰ ਕੰਸੀਲਰ ਇੱਕ ਆਪਾਂ ਨੂੰ ਕੰਸੀਲਰ ਚਾਹੀਦਾ ਬਾਈ ਇਹ ਵੀ ਯੂਜ਼ ਕਰਦੀ ਹਾਂ ਫਿਟਮੀ ਦਾ ਮੇਬਲਿਨ ਦਾ ਠੀਕ ਆ ਫਿਟਮੀ ਮੇਬਲਿਨ ਦਾ ਬਹੁਤ ਅੱਛਾ ਹੁੰਦਾ ਬਹੁਤ ਵਧੀਆ ਹੁੰਦਾ ਘੈਂਟ ਹੁੰਦਾ ਬਾਕੀ ਆਪਦੇ ਬਜਟ ਦੇ ਹਿਸਾਬ ਨਾਲ ਹਾਂ ਬਾਈ ਆਪਦੇ ਅਕੋਰਡਿੰਗ ਦੇਖਿਓ ਕੋਈ ਇਹ ਨਹੀਂ ਵੀ ਆਪਾਂ ਸਾਰਿਆਂ ਦਾ ਹੀ ਵਧੀਆ ਹੋ ਜਾਂਦਾ ਆਪਾਂ ਨੂੰ ਕਰਨਾ ਆਉਣਾ ਚਾਹੀਦਾ ਸਾਰੀਆਂ ਵਧੀਆ ਚੀਜ਼ਾਂ ਹੀ ਹੁੰਦੀਆਂ ਨੇ ਇਸ ਤੋਂ ਬਾਅਦ ਸੀਗਾ ਸਵਿਸ ਬਿਊਟੀ ਦਾ ਮੇਰੇ ਕੋਲ ਹੈਗਾ ਆਈਬ੍ਰੋ ਤੇ ਆਈਲਾਈਨਰ ਠੀਕ ਆ ਇਹ ਤੁਸੀਂ ਕਿਸੇ ਦਾ ਵੀ ਲੈ ਸਕਦੇ ਹੋ ਬਈ ਲੈਕਮੀ ਕਾਸੇ ਦਾ ਵੀ ਲੈ ਸਕਦੇ ਹੋ ਜੋ ਤੁਹਾਡੀ ਬਜਟ ਕਰੇ ਬਸ ਤੇ ਵੈਸੇ ਤਾਂ ਮੈਂ ਆ ਜਿਹੜਾ ਫਾਊਂਡੇਸ਼ਨ ਯੂਜ਼ ਕਰਦੀ ਹੁੰਨੀ ਆ ਮੇਬਲਿਨ ਦਾ ਜਾਂ ਮੈਕ ਦਾ ਪਰ ਬਈ ਉਹ ਮੇਰੇ ਕੋਲ ਹੋ ਗਿਆ ਖਤਮ ਮੇਰੇ ਘਰ ਵਾਲੇ ਨੇ ਮੈਨੂੰ ਲੈ ਕੇ ਨਹੀਂ ਦਿੱਤਾ ਕਹਿੰਦੇ ਮਹਿੰਗਾ ਵਾਲਾ ਤੇ ਇਸ ਤੋਂ ਬਾਅਦ ਫਿਰ ਮੇਰੇ ਕੋਲ ਇੱਕ ਹੋਰ ਆ ਜਿਹੜਾ ਮੈਨੂੰ ਬਹੁਤ ਅੱਛਾ ਲੱਗਦਾ ਫੈਸ਼ਨ ਕਲਰ ਦੇ ਮੈਨੂੰ ਸਾਰੇ ਪ੍ਰੋਡਕਟ ਬਹੁਤ ਵਧੀਆ ਲੱਗਦੇ ਨੇ ਵਧੀਆ ਹੁੰਦੇ ਨੇ ਇਹਨਾਂ ਦੇ ਪ੍ਰੋਡਕਟ ਤੇ ਇਹ ਮੈਂ ਯੂਜ਼ ਕਰਦੀ ਹਾਂ 02 ਸਾਰੇ ਜਣੇ ਦੇਖ ਲਓ 02 ਨੰਬਰ ਸਕਿਨ ਅਕੋਰਡਿੰਗ ਹੁੰਦਾ ਹਾਂ ਇਹ ਸਕਿਨ ਅਕੋਰਡਿੰਗ ਹੁੰਦਾ ਕਿਉਂਕਿ ਮੇਰੀ ਸਕਿਨ ਨਾ ਤਾਂ ਡਾਰਕ ਆ ਤੇ ਨਾ ਬਾਲੀ ਬ੍ਰਾਈਟ ਆ ਠੀਕ ਆ ਠੀਕ ਜੀ ਆ ਤਾਂ ਉਸ ਦੇ ਅਕੋਰਡਿੰਗ 02 ਸਹੀ ਰਹੂਗਾ ਤੁਸੀਂ ਸਕਿਨ ਨਾਲ ਮੈਚ ਕਰਕੇ ਲੈ ਲਿਓ ਹਨਾ ਆਈ ਹੁੰਦਾ ਸਕਿਨ ਮਤਲਬ ਪਤਾ ਕੀ ਆਪਦੀ ਸਕਿਨ ਦੇ ਅਕੋਰਡਿੰਗ ਆਪਾਂ ਪਹਿਲਾਂ ਨਾ ਤੁਸੀਂ ਹੱਥ ਤੇ ਲਾ ਕੇ ਦੇਖ ਲਿਆ ਕਰੋ ਵੀ ਜਿਹੜਾ ਵੀ ਐਵੇਂ ਨਾ ਲੱਗੇ ਵੀ ਉੱਪਰ ਲੱਗਿਆ ਜਾਣਾ ਲੱਗੇ ਤੇ ਚਲੋ ਫਿਰ ਕਰਦੇ ਆ ਸਟਾਰਟ ਹਾਂਜੀ ਸਭ ਤੋਂ ਪਹਿਲਾਂ ਆਪਾਂ ਸੀਬਾਮਿਡ ਦੀ ਜਿਹੜੀ ਸਨਸਕ੍ਰੀਮ ਆ ਜੋ ਮੈਂ ਯੂਜ਼ ਕਰਦੀ ਹਾਂ ਠੀਕ ਆ ਤੁਸੀਂ ਕੋਈ ਵੀ ਕਰ ਸਕਦੇ ਹੋ ਅਤੇ ਥੋੜ੍ਹੀ ਜਿਹੀ ਕੁਆਂਟਿਟੀ ਲੈਣੀ ਹੁੰਦੀ ਆ ਮੈਂ ਇੰਨੀ ਕੁ ਠੀਕ ਆ ਇਹਨੂੰ ਲਾਵਾਂਗੇ ਆਪਾਂ ਪਹਿਲਾਂ ਮੂੰਹ ਧੋ ਲਿਓ ਬਈ ਸਾਰੇ ਨੂੰ ਸਾਰੇ ਨੇ ਮਤਲਬ ਕੁੜੀਆਂ ਠੀਕ ਹੈ ਥੋੜ੍ਹਾ ਥੋੜ੍ਹਾ ਅਤੇ ਇੱਕ ਦੀ ਵੀ ਇਹ ਤਾਂ ਕਈ ਵਾਰ ਨਾ ਫਿਰ ਇਹ ਜੰਮੀ ਜਿਹੀ ਲੱਗਦੀ ਹੁੰਦੀ ਆ ਠੀਕ ਹੈ ਜੀ ਅਤੇ ਹੁਣ ਆਪਾਂ ਇਹਨੂੰ 2 ਮਿੰਟ ਲਈ ਰੱਖ ਦਾਂਗੇ ਅਤੇ ਉਹਨੇ ਮੈਂ 2 ਮਿੰਟ ਦੇ ਵਿੱਚ ਜਿਹੜਾ ਬਿਊਟੀ ਬਲੈਂਡਰ ਆ ਉਹਨੂੰ ਗਿੱਲਾ ਕਰ ਲਿਆ ਵਾਂ ਠੀਕ ਆ ਅਤੇ ਫਿਰ ਮੈਂ ਦੱਸਦੀ ਹਾਂ ਤੁਹਾਨੂੰ ਠੀਕ ਆ ਅਗਲਾ ਹਾਂਜੀ ਜਿਹੜੀ ਆਪਣੀ ਸਨਸਕ੍ਰੀਮ ਹੈਗੀ ਇਹ ਵਧੀਆ ਲੱਗ ਚੁੱਕੀ ਆ ਠੀਕ ਆ ਕਿਤੋਂ ਵੀ ਹੈਗਾ ਨਹੀਂ ਉੱਪਰ ਅਤੇ ਬਿਊਟੀ ਬਲੈਂਡਰ ਆ ਜਿਹੜਾ ਠੀਕ ਆ ਅਤੇ ਮੈਂ ਇਹ ਗਿੱਲਾ ਕਰਕੇ ਲਾਉਣੀ ਆ ਹਮੇਸ਼ਾ
बदल के पानी दे विच कप दे विच पानी पा के इनू नप के इहदे अंदर पानी चला जांदा फिर इन्हां नूं छोड़ दिंदे आ तां उह उन्ना क वधिया बन जांदा मैनूं एवें वधिया लगदा ते हुण इस तों बाद आपां यूज़ करांगे जी फाउंडेशन फाउंडेशन की क्वांटिटी सिर्फ इन्नी क बस इन्नी क ही यूज़ करदी आ मैं तां तुसीं वध घट ए तुहाडे अकॉर्डिंग आ पर डेली लुक दे विच मेरे अकॉर्डिंग इन्नी क ही अच्छी रहिंदी आ भी नैचुरल लगी है आपां ते इहदे विच आपां मिक्स करांगे जी गुलाब जल ठीक है गुलाब जल कोई भी यूज़ कर सकते हो तुसीं इहदा कोई चक्कर नहीं हैगा ठीक है गुलाब जल इहदे विच थोड़ा क पा के जिवें मैं इन्ना क पाया दिखदा नहीं ठीक है ते इहनूं मिक्स करके अच्छी तरह ठीक है इहनूं एवें ला के अच्छी तरह हम इन ब्लेंडर नाल ब्लेंड कर लो मैनू भाई इन्ना पता नहीं बट हाँ मैनू यूज करना आता भी ए करके लाते होंगे ठीक है पर भी इनू ए नहीं करना ए तो मैनू पता इनू ए नहीं करना इनू एवें करना हल्के हल्के हाथों कन्ना ते भी जड़ा रह गया सी हाथ ते उनू एदे नाल एदे विच अब करके ब्लेंड कर लो आईज ते भी देखो पहला मेरा मूँह थोड़ा जा गंदा लग रहा सी हुण सोहना लग रहा है हुण इस तो बाद मैं तुहानू दस्या सीगा इस तो बाद मैं यूज़ करदी हाँ मेबलिन दा कंसीलर ठीक आ जस्ट हल्का हल्का डार्क डार्क जिथे मैनू लगता हों जिमें मेरे ब्लेमिश है ने ना थोड़िया थोड़िया तो एक मैं बस मैं इन्ने इन्ने एरिया ते यूज़ करती हूँ ठीक है तो इनू भी ब्यूटी ब्लेंडर नाल ब्लेंड करना हल्के हल्के हत्थां नाल क्योंकि जिथे जिथे अपना जड़ा पार्ट डार्क हुंदा ना ते वो फिर ब्राइट दिखन लग जांदा कई बार किसी दे डार्क सर्कल्स हुंदे आ है ना अखां नीचे काला काला कालस हुंदी आ लिप उपर हुंदी आ जां नीचे चिन्ह ते नोज ते उत्थे उत्थे यूज कर सकदे आ ठीक है जी बिल्कुल नैचुरल फेस लग रहा नाले ग्लो बिल्कुल एवं नहीं लग रहा भी जमया जमया जा कुछ इन्ना क ठीक रहा ठीक है हुण आपां कंसीलर यूज़ कर लिया हुण मैं इस तो बाद यूज़ करदी हुंदी आ लिप बाम हिमालय दी ये मैं उंगल ते ला के ही ला लैनी हुंदी हुण मैं इहनू एवें छड्ड दूंगी इन्ने ही ऑबजर्व हो जूगा थोड़ा जा ते इस तो बाद मैं यूज़ करूँगी आईब्रो पेंसिल तुसी कोई भी लै सकते हो भाई जिहड़ी तुहानू वधिया लगदी आ मैं थोड़ा जा हल्का हल्का बस शेप देने वास्ते ठीक है हुण मतलब सारिया चीज़ा कंप्लीट हो गई इस तो बाद मैं जिहड़ा तुहानू कहा सी ब्रश ठीक है ब्लशर वाला ब्रश हुंदा जिहड़ा मैं जस्ट इहनू बस उही मेरी हैबिट बनी हुई आ भी जदों मैं फाउंडेशन यूज़ कर लैनी आ है ना सारी चीज़ कंसीलर यूज़ करनी आ मैनू वधिया लगदा मतलब मैनू एवें हुंदा कोई भी लाइन जी बनी है ना तो वह बनूंगी नहीं वधिया हो जाता मतलब जे कुछ एक्सट्रा भी मुँह ते लग जाता गा तो उरे परे हो जाता ब्रश नाल मेकअप रूटीन है डेली का ये चीजा हो गई ने हुण मैं यूज करूंगी मस्कारा मस्कारा फैशन कलर का इन्ना वधिया मस्कारा ये ना जिहड़ियां आईलैशिज ने वड्डियां वड्डियां लगदियां ने
ਤੇ ਇਹਦੇ ਬ੍ਰਸ਼ ਵੀ ਦੋ ਨੇ ਤੇ ਨਾ ਕੌਸਟਲੀ ਵੀ ਨਹੀਂ ਹੈ ਕੀ ਫਰਕ ਆ ਦੋਨੋਂ ਬ੍ਰਸ਼ਾਂ ਦਾ ਇੱਕ ਤਾਂ ਕਰਲ ਕਰਦੇ ਨੇ ਓਕੇ ਪਰ ਮੈਂ ਦੋਨੇ ਯੂਜ਼ ਕਰ ਲੈਣੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਹਏ ਕਿੰਨੀਆਂ ਸੋਹਣੀਆਂ ਅੱਖਾਂ ਲੱਗਦੀਆਂ ਨੇ ਸੱਚੀ ਤੁਸੀਂ ਜਦੋਂ ਕਰੋਗੇ ਨਾ ਸਾਰੇ ਜਣੇ ਸੱਚੀ ਤੁਹਾਨੂੰ ਵਧੀਆ ਲੱਗੂਗਾ ਇੰਨਾ ਕੁ ਕਰਕੇ ਜਾਇਆ ਕਰੋਗੇ ਨੈਚੁਰਲ ਨੈਚੁਰਲ ਲੁੱਕ ਲੱਗਿਆ ਕਰੂਗੀ ਠੀਕ ਹੈ ਅਤੇ ਹੁਣ ਆਪਾਂ ਯੂਜ਼ ਕਰਾਂਗੇ ਕੱਜਲ ਸਿੰਪਲ ਇੱਕ ਹੋਰ ਵੀ ਮੇਰੇ ਕੋਲ ਟ੍ਰਿਕ ਆ ਕੱਜਲ ਯੂਜ਼ ਕਰਨ ਦੀ ਬਹੁਤ ਸੋਹਣਾ ਉਹਦੇ ਨਾਲ ਫੈਲਦਾ ਵੀ ਨਹੀਂ ਹੈਗਾ ਕਦੇ ਵੀ ਅਤੇ ਉਹ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਦੇ ਵਿੱਚ ਦੱਸੂੰਗੀ ਬਹੁਤ ਜਲਦੀ ਦੱਸੂੰਗੀ ਠੀਕ ਹੈ ਜਿਹੜਾ ਕੱਜਲ ਆਏ ਮੇਰੇ ਕੋਲ ਆਈਕੋਨਿਕ ਦਾ ਲੈਕਮੇ ਦਾ ਬਲੈਕ ਮੈਂ ਸਿਰਫ ਹਲਕਾ ਹਲਕਾ ਹੀ ਯੂਜ਼ ਕਰਦੀ ਹੁੰਦੀ ਹਾਂ ਡੇਲੀ 'ਚ ਤਾਂ ਵੀ ਲੱਗੇ ਵੀ ਨਾ ਵੀ ਪਾਇਆ ਐਂ ਵੀ ਨਾ ਲੱਗੇ ਵੀ ਨਹੀਂ ਪਾਇਆ ਬੋਰ ਹੋ ਰਹੇ ਹੋ ਮੈਨੂੰ ਦੇਖ ਕੇ ਬਹੁਤ ਅੱਛਾ ਹੁੰਦਾ ਵੈਸੇ ਮੈਂ ਤਾਂ ਥੋੜ੍ਹਾ ਜਿਹਾ ਨੀਚੇ ਲੱਗ ਗਿਆ ਮੈਂ ਸਾਫ਼ ਕਰ ਲੈਂਦੀ ਹਾਂ ਠੀਕ ਹੈ ਸੋਹਣੀਆਂ ਹੋ ਗਿਆ ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ ਵੇ ਖੁਰਮਾ ਹੋ ਪੈ ਚੁੱਕਿਆ ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਲਿਪ ਬਾਮ ਯੂਜ਼ ਕੀਤੀ ਹੋਈ ਸੀ ਤਾਂ ਕਾਫ਼ੀ ਸਾਰੇ ਤਾਂ ਨਾ ਕੋਟਨ ਨਾਲ ਸਾਫ਼ ਕਰਦੇ ਆ ਪਰ ਮੈਂ ਪੇਪਰ ਨਾਲ ਸਾਫ਼ ਕਰਦੀ ਹੁੰਦੀ ਹਾਂ ਕੋਈ ਵੀ ਪੇਪਰ ਲੈ ਲਿਓ ਸਾਫ਼ ਹੋ ਗਈ ਅਤੇ ਬਈ ਮੈਂ ਕੋਈ ਵੀ ਲਿਪਸਟਿਕ ਨਹੀਂ ਯੂਜ਼ ਕਰਦੀ ਮੈਂ ਲਿਪ ਬਾਮ ਹੀ ਯੂਜ਼ ਕਰਦੀ ਹਾਂ ਇੱਕ ਵਾਰੀ ਮੈਂ ਨਾ ਕੰਜੂਸ ਵਾਲੀ ਹਾਂ ਜਿੰਨਾ ਟਾਈਮ ਜਮ੍ਹਾਂ ਖਤਮ ਨਹੀਂ ਹੁੰਦੀ ਉਨਾ ਟਾਈਮ ਨਹੀਂ ਨਵੀਂ ਲੈ ਕੇ ਮੇਕਅਪ ਕਰਦੀ ਹਾਂ ਮੈਂ ਡੇਲੀ ਰੂਟੀਨ ਦੇ ਵਿੱਚ ਠੀਕ ਹੈ ਇੰਨਾ ਕੁ ਮੇਕਅਪ ਕਰਦੀ ਹਾਂ ਮੈਂ ਡੇਲੀ ਰੂਟੀਨ ਦੇ ਵਿੱਚ ਅਤੇ ਬਸ ਇਸ ਤੋਂ ਬਾਅਦ ਵਾਲ ਵੀ ਮੈਂ ਸਿੰਪਲੀ ਵਾਹੁਣੀ ਹਾਂ ਬਸ ਸਿੰਪਲ ਚੀਰ ਕੱਢ ਕੇ ਚੀਰ ਤਾਂ ਨਿਕਲਿਆ ਪੈ ਸੀ ਨਾ ਮੈਨੂੰ ਲੱਗਦਾ ਕਿਉਂਕਿ ਅਸੀਂ ਨਾ ਪਹਿਲਾਂ ਵੀਡੀਓਜ਼ ਬਣਾ ਕੇ ਹਟੇ ਸੀਗੇ ਠੀਕ ਹੈ ਬਸ ਅਤੇ ਇੱਕ ਮੇਰੀ ਆਦਤ ਹੈਗੀ ਹੈ ਥੋੜ੍ਹਾ ਜਿਹਾ ਵਾਲਾਂ ਨੂੰ ਐਂ ਕਰਨ ਦੀ ਚਿੱਪੂ ਚਿੱਪੂ ਨਹੀਂ ਲੱਗਦਾ ਸਿਰ ਠੀਕ ਹੈ ਅਤੇ ਹੁਣ ਮੈਂ ਚੁੰਨੀ ਲੈਣਾ ਬਸ ਆਹ ਮੇਰੀ ਡੇਲੀ ਦੀ ਲੁੱਕ ਮੈਂ ਡੇਲੀ ਐਵੇਂ ਰੈਡੀ ਹੁੰਦੀ ਹਾਂ ਹਰ ਰੋਜ਼ ਅਤੇ ਜੋ ਪਾਰਟੀ ਵਾਲੀ ਲੁੱਕ ਵੀ ਮੈਂ ਤੁਹਾਨੂੰ ਦੱਸੂੰਗੀ ਵੀ ਤੁਸੀਂ ਕਿਵੇਂ ਰੈਡੀ ਹੋਣਾ ਅਤੇ ਮੈਰਿਜ ਲਈ ਕਿਵੇਂ ਰੈਡੀ ਹੋਣਾ ਜਾਗੋ ਲਈ ਕਿਵੇਂ ਹੋਣਾ ਵਿਆਹ ਲਈ ਕਿਵੇਂ ਹੋਣਾ ਸਾਰਾ ਦੱਸੂੰਗੀ ਮੈਂ ਤੁਹਾਨੂੰ ਪਰ ਇਹ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਮੈਂ ਡੇਲੀ 'ਚ ਕਿਉਂਕਿ ਕਾਫ਼ੀ ਸਾਰਿਆਂ ਦੇ ਮਨਾਂ 'ਚ ਹੋਣਾ ਗਾ ਵੀ ਮੈਡਮ ਡੇਲੀ ਕਿਵੇਂ ਤਿਆਰ ਹੁੰਦੇ ਹੋਣਗੇ ਮੈਂ ਤਾਂ ਬਈ ਐਵੇਂ ਜਿਹੀ ਹੁੰਦੀ ਹਾਂ ਬਸ ਇੰਨੇ ਕੁ 'ਚ ਮੈਂ ਤਿਆਰ ਹੋ ਜਾਂਦੀ ਹਾਂ ਪਤਾ ਨਹੀਂ ਹੋਈ ਇਹਨਾਂ ਨੂੰ ਰਣਵਿੰਦਰ ਨੂੰ ਲੱਗਦਾ ਰਹਿੰਦਾ ਵੀ ਮੈਂ ਬਾਲਾ ਖਰਚਾ ਕਰਦੀ ਹੋਊਂਗੀ ਦੇਖ ਲਿਆ ਤੁਸੀਂ ਅੱਜ ਮੈਨੂੰ ਮੈਂ ਇੰਨੇ ਕੁ 'ਚ ਤਿਆਰ ਹੋ ਜਾਂਦੀ ਹਾਂ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਬਈ ਸਾਰਿਆਂ ਦਾ ਅਤੇ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਹਾਨੂੰ ਵਧੀਆ ਲੱਗੂਗੀ ਤਾਂ ਲਾਈਕ ਵੀ ਕਰਿਓ ਅਤੇ ਪਲੀਜ਼ ਕਮੈਂਟ ਵੀ ਕਰਿਓ ਅਤੇ ਸਾਰੇ ਜਣੇ ਕਰਕੇ ਵੀ ਦੇਖਿਓ ਅਤੇ ਮੈਨੂੰ ਦੱਸਿਓ ਵੀ ਹਾਂ ਤੁਹਾਡੇ ਭੱਲੇ ਪਿਆ ਕੁਛ ਜੇ ਕੁਛ ਮੈਂ ਦੱਸਿਆ ਅਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਅੱਗੇ ਅੱਗੇ ਬਈ ਸ਼ੇਅਰ ਕਰ ਦਿਓ